स्वागत है जी तुहाडा। तुसी देख रहे हो मालवा एमबी टीवी ते मैं गुरविंदर सिंह रोमी। हर साल ट्रक यूनियन भवानीगढ़ विखे दिवाली दे पावन त्यौहार ते ऑपरेटरां नूं कोई ना कोई गिफ्ट दिते जांदे ने ते अज ट्रक भर के लिआंदा गया इन्हां गिफ्टां दा। ट्रक यूनियन दे प्रधान गुरप्रीत सिंह फग्गू वाला तों इलावा गुरतेज सिंह झनेड़ी, गोगी नारायणगढ़ होणी वी मौजूद ने, उत्थे विपिन कुमार कंटू साबका प्रधान जिहड़ा ट्रक यूनियन उह वी मौजूद ने। तुहानूं उत्थी लै चलदे आं, दिखाउने आं वी अज ਕਿਹੜੀ ਚੀਜ਼ ਵੰਡੀ ਜਾ ਰਹੀ ਹੈ। ਗਰਾਊਂਡ ਜ਼ੀਰੋ ਤੇ ਰਸਪਿੰਦਰ ਸਿੰਘ ਮੌਜੂਦ ਨੇ, ਆਪਾਂ ਉੱਥੇ ਚੱਲਦੇ ਹਾਂ, ਸੁਣਦੇ ਹਾਂ ਰਸਪਿੰਦਰ ਸਿੰਘ ਕੁਝ ਦੱਸ ਰਹੇ ਨੇ। ਆ ਦੀਵਾਲੀ ਦੇ ਇਸ ਖਾਸ ਤਿਉਹਾਰ ਮੌਕੇ ਤਾਂ ਹਰ ਇੱਕ ਨੂੰ ਜਿਹੜੀ ਦੀਵਾਲੀ ਦਿੱਤੀ ਜਾਂਦੀ ਹੈ, ਤਾਂ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਵਿੱਚ ਵੀ ਸਮੂਹ ਜਿਹੜੇ ਟਰੱਕ ਆਪਰੇਟਰ ਇਸ ਯੂਨੀਅਨ ਦੇ ਨਾਲ ਜੁੜੇ ਹੋਏ ਨੇ, ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਦੇ ਨਾਲ, ਤਾਂ ਉਹਨਾਂ ਨੂੰ ਦੀਵਾਲੀ ਦੇ ਖਾਸ ਮੌਕੇ, ਕਿਉਂਕਿ ਜਦੋਂ ਟਰੱਕ ਡਰਾਈਵਰ ਕਿਤੇ ਵੀ ਜਾਂਦਾ ਤਾਂ ਉਹਨੂੰ ਖਾਸ ਤੌਰ ਤੇ ਅਸੀਂ ਕਹਿ ਸਕਦੇ ਹਾਂ ਡੱਬੇ ਦੀ ਜਾਂ ਫਿਰ ਚਾਹ ਦੀ ਕੇਤਲੀ ਦੀ ਜ਼ਰੂਰਤ ਹੁੰਦੀ ਹੈ, ਤਾਂ ਮੇਰੇ ਪ੍ਰਧਾਨ ਜੀ ਮੌਜੂਦ ਨੇ, ਗੁਰਪ੍ਰੀਤ ਜੀ ਮੇਰੇ ਜ਼ਿਹਨ 'ਚ ਆਏ ਵੀ ਇੱਦਾਂ ਦਾ ਜਿਹੜਾ ਸਮਾਨ ਦਿੱਤਾ ਜਾਵੇ, ਕਿਉਂਕਿ ਗੱਡੀਆਂ ਜਦੋਂ ਚੱਲਦੀਆਂ ਤਾਂ ਜ਼ਰੂਰਤ ਪੈਂਦੀ। ਹਰ ਸਾਲ ਦੀ ਤਰ੍ਹਾਂ ਖੁਸ਼ੀ ਦੇ ਤਿਉਹਾਰ 'ਤੇ ਇਹ ਜ਼ਰੂਰੀ ਆਈ, ਐਤਕੀ ਸੋਚਿਆ ਵੀ ਚਲੋ ਇਹ ਦੇ ਦਾਨੇ ਆ। ਹਾਂ ਜੀ, ਕੰਮ ਆਉਣ ਵਾਲੀ ਚੀਜ਼ ਹੈ, ਕਰ ਹਰ ਵਕਤ ਇਹ ਸਪੈਸ਼ਲ ਡਰਾਈਵਰਾਂ ਵਾਸਤੇ ਆ ਜੀ। ਗੱਡੀ ਦੇ ਵਿੱਚ ਚਾਹ ਦੀ ਵੀ ਡਰਾਈਵਰਾਂ ਨੂੰ ਲੋੜ ਪੈਂਦੀ ਹੈ ਅਤੇ ਗਰਮ ਖਾਣੇ ਦੀ ਵੀ ਲੋੜ ਪੈਂਦੀ ਹੈ। ਇਸ ਕਰਕੇ ਪ੍ਰਧਾਨ ਜੀ ਨੇ ਬਹੁਤ ਵਧੀਆ ਉੱਚੀ ਸੋਚ ਰੱਖ ਕੇ ਜਿਹੜੇ ਟਿਪਣਾਂ ਦਾ ਕੀਤਾ ਕੰਮ ਜੀ, ਬਹੁਤ ਵਧੀਆ। ਅਸੀਂ ਬਹੁਤ ਮੁਬਾਰਕਬਾਦ ਦਿੰਦੇ ਹਾਂ ਪ੍ਰਧਾਨ ਜੀ ਨੇ ਇਸ ਸੋਚ ਨੂੰ, ਵੀ ਉਹਨਾਂ ਨੇ ਡਰਾਈਵਰਾਂ ਪ੍ਰਤੀ ਬਹੁਤ ਸੋਚਿਆ ਜੀ। ਕਿਉਂਕਿ ਜਦੋਂ ਗੱਡੀਆਂ ਚੱਲਦੀਆਂ ਨੇ ਤਾਂ ਚਾਹ ਹੁੰਦਾ ਵੀ ਕਿਤੇ ਰੁਕ ਕੇ ਪੀ ਲਾਂਗੇ, ਤਾਂ ਇਹ ਬਹੁਤ ਕੰਮ। ਹਾਂਜੀ ਹਾਂ, ਇਹ ਚਾਹ ਤੁਸੀਂ ਇੱਕ ਵਾਰੀ ਹੋਟਲ ਤੋਂ ਗਰਮ ਕਰਾ ਕੇ ਆਪਣੇ 'ਚ ਪਾ ਲਓ, ਮੁੜ ਕੇ ਜਦੋਂ ਵੀ ਤੁਹਾਨੂੰ ਲੋੜ ਹੈ ਥੋੜ੍ਹੀ ਥੋੜ੍ਹੀ ਕਰਕੇ ਤੁਸੀਂ ਆਪਣੀ ਸਾਰੀ ਰਾਤ ਇਹਨੂੰ ਵਰਤ ਸਕਦੇ ਹੋ। ਇਹੀ ਗੱਲ ਖਾਣੇ ਦੀ ਹੈ, ਖਾਣਾ ਤੁਹਾਡਾ ਜਦੋਂ ਵੀ ਜੀ ਕਰਦਾ ਤੁਸੀਂ ਡੱਬੇ ਦੇ ਵਿੱਚ ਰੱਖੋ, ਜਦੋਂ ਤੁਹਾਡਾ ਮਨ ਕਰਦਾ ਉਦੋਂ ਆਪਣਾ ਗੱਡੀ ਰੋਕ ਕੇ ਖਾਣਾ ਛਕ ਲਓ। ਸਭ ਤੋਂ ਪਹਿਲਾਂ ਮੈਂ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜਿਹੜਾ ਇਹ ਲੰਮੇ ਸਮੇਂ ਤੋਂ ਜਿਸ ਦਿਨ ਤੋਂ ਸਾਡੇ ਟਰੱਕ ਯੂਨੀਅਨ ਹੋਂਦ 'ਚ ਆਈ ਆ, ਉਸੇ ਦਿਨ ਤੋਂ ਇਹ ਦੀਵਾਲੀ ਦਾ ਜਿਹੜਾ ਤਿਉਹਾਰ ਹੈ ਉਹਦੇ ਲਈ ਅਸੀਂ ਕੁਛ ਨਾ ਕੁਛ ਸਾਡੇ ਡਰਾਈਵਰ ਭਾਈਆਂ ਲਈ ਯੂਨੀਅਨ 'ਚੋਂ ਦਿੰਦੇ ਹਾਂ। ਐਤਕੀ ਜਿਹੜਾ ਡਰਾਈਵਰ ਭਾਈਆਂ ਲਈ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ ਉਪਰਾਲਾ ਕੀਤਾ, ਇਹ ਜੋ ਬਹੁਤ ਯੋਗ ਹੈ, ਕਿਉਂਕਿ ਇਹ ਚੀਜ਼ ਦੀ ਅੱਜ ਮੁੱਖ ਲੋੜ ਹੈ। ਕਿਉਂਕਿ ਚਾਹ ਪਾ ਕੇ ਬੰਦਾ ਆਰਾਮ ਨਾਲ ਅੱਗ ਤੋਂ ਬਹਿ ਕੇ ਗੱਡੀ 'ਚ ਰੋਟੀ, ਸਾਡੇ ਜਿਹੜੇ ਤਕਰੀਬਨ ਆਪਰੇਟਰ ਨੇ, ਕਿਉਂਕਿ ਰੋਟੀ ਹਰੇਕ ਬੰਦਾ ਆਪਣੇ ਘਰੋਂ ਲੈ ਕੇ ਜਾਂਦਾ, ਚਾਹ ਬਣਾ ਕੇ ਲਿਆਂਦਾ, ਉਹਦਾ ਸਾਧਨ ਜਿਹੜਾ ਇਹ ਬਹੁਤ ਵਧੀਆ ਵੀ ਅਗਲਾ ਰੋਟੀ ਬਣਾ ਕੇ ਦੋ ਦਿਨ 'ਚ ਘਰ ਖਾ ਸਕਦਾ। ਸਾਡੇ ਆਪਰੇਟਰ ਭਰਾ ਹੋਟਲ ਦੀ ਰੋਟੀ ਬਹੁਤ ਘੱਟ ਖਾ ਕੇ ਰਾਜੀ ਨੇ, ਕਿਉਂਕਿ ਮਸਾਲੇ ਵਾਲੀ ਹੁੰਦੀ ਹੈ। ਇਸ ਕਰਕੇ ਜਿਹੜਾ ਉਪਰਾਲਾ ਕੀਤਾ ਬਹੁਤ ਹੀ ਸ਼ਲਾਘਾਯੋਗ ਹੈ। ਮੈਂ ਫਿਰ ਸਾਡੇ ਸਮੂਹ ਆਪਰੇਟਰ ਭਰਾਵਾਂ ਨੂੰ, ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ, ਸਮੁੱਚੇ ਦੇਸ਼ ਵਾਸੀਆਂ ਨੂੰ ਆਪਰੇਟਰ ਭਰਾਵਾਂ ਨੂੰ ਸਾਡਿਆਂ ਨੂੰ ਮੁਬਾਰਕਬਾਦ ਦਿੰਦਾ। ਪ੍ਰਧਾਨ ਜੀ ਕਿਵੇਂ ਦੇਖਦੇ ਹੋ, ਕਿਉਂਕਿ ਯੂਨੀਅਨ ਨਾਲ ਬਹੁਤ ਲੋਕ ਜੁੜੇ ਹੋਏ ਨੇ, ਅਸੀਂ ਕਹਿ ਸਕਦੇ ਆਪਰੇਟਰ ਡਰਾਈਵਰ ਕਨੈਕਟਰ, ਤਾਂ ਲੱਗਦਾ ਇਸ ਚੀਜ਼ ਦਾ ਹਰ ਇੱਕ ਗੱਡੀ ਦੇ ਵਿੱਚ ਜਦੋਂ ਪਈ ਹੋਊਗੀ ਤਾਂ ਬਹੁਤ ਆਸਾਨੀ ਨੇ। ਸਭ ਤੋਂ ਪਹਿਲਾਂ ਮੈਂ ਮਾਲਵਾ ਟੀਵੀ ਦਾ ਇੱਥੇ ਪਹੁੰਚਣ ਦੇ ਧੰਨਵਾਦ ਕਰਦਾ। ਉਸ ਦੇ ਨਾਲ ਹੀ ਮੈਂ ਸਾਰੀ ਸੰਗਤ ਨੂੰ, ਟਰੱਕ ਆਪਰੇਟਰਾਂ ਨੂੰ ਦੀਵਾਲੀ ਦੀਆਂ, ਬੰਦੀ ਛੋੜ ਦਿਵਸ ਦੀਆਂ ਅਤੇ ਵਿਸ਼ਵਕਰਮਾ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ। ਅੱਜ ਜੋ ਸਾਡੀ ਪਰੰਪਰਾ ਹੈ ਹਰ ਸਾਲ ਦੀ ਤਰ੍ਹਾਂ ਦੀਵਾਲੀ ਦੇ ਮੌਕੇ ਅਸੀਂ ਕੁਛ ਨਾ ਕੁਛ ਆਪਰੇਟਰਾਂ ਨੂੰ, ਡਰਾਈਵਰ ਕਨੈਕਟਰਾਂ ਨੂੰ ਸਭ ਨੂੰ ਦਿੰਦੇ ਹਾਂ, ਉਸ ਕੜੀ ਨੂੰ ਅੱਗੇ ਵਧਾਉਂਦੇ ਹੋਏ ਸਰਦਾਰ ਗੁਰਪ੍ਰੀਤ ਸਿੰਘ ਫੱਗੂ ਵਾਲਾ ਜੀ ਨੇ ਬਹੁਤ ਹੀ ਵਧੀਆ ਸੋਚ ਨਾਲ ਜੋ ਵੀ ਆਈਟਮਾਂ ਦੇ ਰਹੇ ਹਨ ਉਹ ਡਰਾਈਵਰਾਂ ਪ੍ਰਤੀ ਬਹੁਤ ਹੀ ਜ਼ਰੂਰੀ ਚੀਜ਼ਾਂ ਸੀ, ਇਸ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਉਹਨਾਂ ਨੇ ਇਸ ਪਰੰਪਰਾਵਾਂ ਨੂੰ ਜਾਰੀ ਰੱਖ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਬਹੁਤ ਬਹੁਤ ਧੰਨਵਾਦ। ਕਿੰਨੇ ਆਪਰੇਟਰ ਨੇ ਜਿਹੜੇ ਇਸ ਯੂਨੀਅਨ ਨਾਲ ਜੁੜੇ ਹੋਏ ਨੇ? ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਅਤੇ ਆਪਣੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ। ਸਭ ਉਦੋਂ ਬਾਅਦ ਤੁਹਾਡਾ ਧੰਨਵਾਦ ਕਰਦਾ ਜੀ ਮਾਲਵਾ ਟੀਵੀ ਵਾਲਿਆਂ ਦਾ, ਜਿਹੜਾ ਤੁਸੀਂ ਸਾਡੇ ਯੂਨੀਅਨ ਦੇ ਵਿੱਚ ਆ ਕੇ ਹਰ ਟਾਈਮ ਹਰ ਸਮੇਂ 'ਤੇ ਆ ਕੇ ਕਵਰੇਜ ਕਰਦੇ ਹੋ। ਇਸ ਤੁਸੀਂ ਨੇ ਜਿਵੇਂ ਪੁੱਛਿਆ ਵੀ ਇਸ ਸਾਡੀ ਯੂਨੀਅਨ ਦੇ ਨਾਲ ਜਾਣੀ 2200-2300 ਟਰੱਕ ਆਪਰੇਟਰ ਜੁੜਿਆ ਹੋਇਆ, ਉਹਨਾਂ ਦੇ ਲਈ ਜੋ ਪ੍ਰਧਾਨ ਜੀਆਂ ਨੇ ਇਹ ਚਾਹ ਦੀ ਥਰਮੋਸ ਜਾਂ ਲੰਚ ਬਾਕਸ ਜਾਣੀ ਵੰਡਿਆ ਜਾ ਰਿਹਾ ਦੀਵਾਲੀ ਦੇ ਤਿਉਹਾਰ 'ਤੇ, ਹਰ ਸਾਲ ਦੀ ਤਰ੍ਹਾਂ ਕੁਛ ਨਾ ਕੁਛ ਵੰਡਿਆ ਜਾਂਦਾ ਸਾਡੀ ਯੂਨੀਅਨ ਦੇ ਵਿੱਚ, ਤਾਂ ਗੁਰਪ੍ਰੀਤ ਪ੍ਰਧਾਨ ਜੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰਧਾਨ ਜੀ ਜਿਵੇਂ ਪਹਿਲਾਂ ਡੱਬੇ ਦਿੱਤੇ ਜਾਂਦੇ ਸੀ, ਤਾਂ ਲੱਗਦਾ ਮਠਿਆਈ ਨਾਲੋਂ ਇਹ ਚੀਜ਼ਾਂ ਜਿਹੜੀਆਂ ਲੋੜਵੰਦ ਨੇ ਤਾਂ ਲੰਮੇ ਸਮੇਂ ਤੱਕ? ਮਠਿਆਈ ਐਂ ਡੁਪਲੀਕੇਟ ਬਹੁਤ ਆ ਜਾਂਦੀ ਹੈ ਇਹਦੇ ਨਾਲ 'ਚ, ਉਹਦੇ ਕਰਕੇ ਆਪਾਂ ਸੋਚਿਆ ਵੀ 40 ਥਰਮੋਸ ਦੇ ਦਈਏ।
जिस तरह दिवाली का त्यौहार बड़ा खुशियां भरया हुंदा है तां ट्रक यूनियन भवानीगढ़ दे वल्लों इस बार जिहड़ा खास उपराला किया गया गुरप्रीत सिंह प्रधान दे वल्लों तां जिहड़ा जिन्ने भी ड्राइवर वीर इस यूनियन नाल जुड़े हुए ने तां उन्हां नूं गड्डियां दे विच जदों सफ़र करदे ने तां रोटी दी या चाह दी जरूरत तां हुंदी है पर उस खाने नूं गर्म असीं कह सकदे खाण दे लई जिहड़ा रोटी दे लई टिफिन ते चाह दे लई जिहड़ी केतली अज जिहड़ी वंडी जा रही है। मालवा टीवी दे लई भवानीगढ़ तों रुपिंदर सिंह दी रिपोर्ट। धन्नवाद।